ਦਿਲਜੀਤ ਦੋਸਾਂਝ ਨੇ ਦੱਸੇ ਜ਼ਿੰਦਗੀ ਜਿਉਣ ਦੇ ਰਾਜ਼। ਯੁਵਰਾਜ ਸਿੰਘ ਨੇ ਕੀਤਾ ਸਿੱਧੂ ਮੂਸੇਵਾਲਾ ਨੂੰ ਯਾਦ। ਰਣਦੀਪ ਹੁੱਡਾ ਬਣੇ ਪੰਜਾਬ ਪੁਲਿਸ ਦੇ ਅਫਸਰ। ਸੀਰੀਜ਼ ਦਾ ਟ੍ਰੇਲਰ ਹੋਇਆ ਰਿਲੀਜ਼। ਕਪਿਲ ਸ਼ਰਮਾ ਨੇ ਬੁਰਜ ਖਲੀਫਾ ਦੇ ਅੱਗੇ ਦਿੱਤੀ ਪਤਨੀ ਗਿਨੀ ਨੂੰ ਜਨਮਦਿਨ ਦੀ ਵਧਾਈ ਅਤੇ ਬੀਤੇ ਸਮਿਆਂ ਦੀ ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ। ਸਤਿ ਸ਼੍ਰੀ ਅਕਾਲ, ਮੈਂ ਹਾਂ ਤਾਇਰਾ ਬਸੀਨ ਅਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਐਂਟਰਟੇਨਮੈਂਟ ਰੈਪ। ਦਿਲਜੀਤ ਦੋਸਾਂਝ 9 ਦਸੰਬਰ ਨੂੰ ਆਪਣੇ ਇੰਡੀਅਨ ਫੈਨਸ ਲਈ ਮੁੰਬਈ ਦੇ ਵਿੱਚ ਸ਼ੋਅ ਕਰਨ ਜਾ ਰਹੇ ਨੇ। ਇਸ ਦੇ ਲਈ ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਅਤੇ ਇਸ ਨੂੰ ਪ੍ਰਮੋਟ ਕਰ ਰਹੇ ਨੇ। ਇਸੇ ਦੌਰਾਨ ਉਹਨਾਂ ਨੇ ਟਵਿੱਟਰ 'ਤੇ ਫੈਨਸ ਨਾਲ ਵੀ ਗੱਲਬਾਤ ਕੀਤੀ। ਇੱਕ ਯੂਜ਼ਰ ਨੇ ਦਿਲਜੀਤ ਨੂੰ ਪੁੱਛਿਆ ਕਿ ਜੇ ਉਹ ਆਪਣੀ ਪੰਜਾਬ ਦੀ ਸਿੰਪਲ ਲਾਈਫ ਨੂੰ ਮਿਸ ਕਰਦੇ ਨੇ। ਇਸ ਦੇ ਜਵਾਬ ਦੇ ਵਿੱਚ ਦਿਲਜੀਤ ਨੇ ਕਿਹਾ ਕਿ ਉਹਨਾਂ ਦੀ ਲਾਈਫ ਹਾਲੇ ਵੀ ਸਿੰਪਲ ਹੀ ਹੈ, ਉਹਨਾਂ ਦਾ ਕੋਈ ਸਰਕਲ ਵੀ ਨਹੀਂ ਅਤੇ ਨਾ ਹੀ ਕੋਈ ਰੌਲਾ ਰੱਪਾ ਹੈ। ਦਿਲਜੀਤ ਨੇ ਕਿਹਾ, ਮੈਂ ਇਸ ਲਾਈਫ ਸਰਕਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਆਪਣੇ ਅੰਦਰ ਹੀ ਜਿਉ ਰਿਹਾ। ਪਿਛਲੇ ਕੁਝ ਸਮੇਂ ਤੋਂ ਦਿਲਜੀਤ ਸੋਸ਼ਲ ਮੀਡੀਆ ਰਾਹੀਂ ਅਜਿਹੀ ਗੱਲਾਂ ਅਕਸਰ ਆਪਣੇ ਫੈਨਸ ਨਾਲ ਸਾਂਝੀ ਕਰਦੇ ਹਨ। ਹਾਲ ਹੀ ਦੇ ਵਿੱਚ ਉਹ ਇੱਕ ਬਰਫੀਲੇ ਇਲਾਕੇ ਦੇ ਵਿੱਚ ਸੋਲੋ ਟ੍ਰਿਪ ਵੀ ਕਰ ਰਹੇ ਸਨ। ਕ੍ਰਿਕਟਰ ਯੁਵਰਾਜ ਸਿੰਘ ਹਾਲ ਹੀ ਦੇ ਵਿੱਚ ਚੰਡੀਗੜ੍ਹ ਪਹੁੰਚੇ, ਜਿੱਥੇ ਇੱਕ ਇਵੈਂਟ ਦੌਰਾਨ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਸੋਸ਼ਲ ਮੀਡੀਆ 'ਤੇ ਯੁਵਰਾਜ ਦਾ ਇਹ ਕਲਿੱਪ ਖੂਬ ਸ਼ੇਅਰ ਕੀਤਾ ਗਿਆ। ਯੁਵਰਾਜ ਕਹਿੰਦੇ ਨਜ਼ਰ ਆਏ, ਮੈਂ ਹਰ ਤਰ੍ਹਾਂ ਦਾ ਸੰਗੀਤ ਪਸੰਦ ਕਰਦਾ ਹਾਂ, ਸੂਫੀ, ਬਾਲੀਵੁੱਡ, ਹਿਪ ਹੌਪ ਅਤੇ ਖਾਸ ਕਰਕੇ ਪੰਜਾਬੀ। ਸਿੱਧੂ ਦੇ ਗਾਣੇ ਮੈਂ ਬਹੁਤ ਮਿਸ ਕਰਦਾ ਹਾਂ, ਮੈਨੂੰ ਲੱਗਦਾ ਹੈ ਕਿ ਸਿੱਧੂ ਇੱਕ ਐਕਸਟਰਾ ਆਰਡੀਨਰੀ ਗਾਇਕ ਅਤੇ ਪਰਸਨੈਲਿਟੀ ਸੀ। ਮੈਂ ਕੀ ਉਸ ਨੂੰ ਸਾਰਾ ਪੰਜਾਬ, ਸਾਰੀ ਦੁਨੀਆ ਮਿਸ ਕਰਦੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਕਸਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲੀਬ੍ਰਿਟੀਜ਼ ਉਹਨਾਂ ਨੂੰ ਪਬਲਿਕ ਸਟੇਜਸ 'ਤੇ ਯਾਦ ਕਰਦੇ ਨਜ਼ਰ ਆਉਂਦੇ ਨੇ। ਮਈ 2022 ਦੇ ਵਿੱਚ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਰਣਦੀਪ ਹੁੱਡਾ ਦੀ ਅਗਲੀ ਸੀਰੀਜ਼ ਕੈਟ ਦਾ ਟ੍ਰੇਲਰ ਇਸ ਹਫ਼ਤੇ ਰਿਲੀਜ਼ ਹੋਇਆ। ਫਿਰ ਬੜੀ ਮੁਸ਼ਕਲਾਂ ਨਾਲ ਪੰਜਾਬ ਨੂੰ ਅੱਤਵਾਦ ਦੀ ਇਸ ਕਾਲੀ ਹਨੇਰੀ ਚੋਂ ਕੱਢ ਕੇ ਲਿਆਏ ਸੀ। ਰਣਦੀਪ ਹੁੱਡਾ ਇਸ ਸੀਰੀਜ਼ ਦੇ ਵਿੱਚ ਸਪੈਸ਼ਲ ਪੁਲਿਸ ਅਫਸਰ ਦਾ ਰੋਲ ਨਿਭਾ ਰਹੇ ਨੇ। ਇਹ ਸੀਰੀਜ਼ ਪੰਜਾਬ ਦੇ ਵਿੱਚ ਮੌਜੂਦ ਨਸ਼ੇ ਦੇ ਮੁੱਦੇ 'ਤੇ ਆਧਾਰਿਤ ਹੈ। ਟ੍ਰੇਲਰ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਖਾਸ ਕਰਕੇ ਰਣਦੀਪ ਦੀ ਸਰਦਾਰ ਲੁੱਕ। ਇਹ ਥ੍ਰਿਲਰ ਸੀਰੀਜ਼ ਹੈ ਜੋ ਕਿ ਨੈੱਟਫਲਿਕਸ 'ਤੇ 9 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਪੰਜਾਬੀ ਫਿਲਮ ਸਨੋਮੈਨ ਦਾ ਵੀ ਟ੍ਰੇਲਰ ਇਸ ਹਫ਼ਤੇ ਰਿਲੀਜ਼ ਹੋਇਆ। ਫਿਲਮ ਵਿੱਚ ਨੀਰੂ ਬਾਜਵਾ, ਜੈਜ਼ੀ ਬੀ ਅਤੇ ਰਾਣਾ ਰਣਵੀਰ ਮੁੱਖ ਕਿਰਦਾਰਾਂ ਦੇ ਵਿੱਚ ਨੇ। ਇਹ ਇੱਕ ਕ੍ਰਾਈਮ ਥ੍ਰਿਲਰ ਹੈ ਜੋ ਕਿ 2 ਦਸੰਬਰ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿਨੀ ਚਤੁਰਥ ਨੂੰ ਇੰਸਟਾਗ੍ਰਾਮ 'ਤੇ ਜਨਮਦਿਨ ਦੀ ਵਧਾਈ ਦਿੱਤੀ। ਕਪਿਲ ਸ਼ਰਮਾ ਨੇ ਲਿਖਿਆ, ਹੈਪੀ ਬਰਥਡੇ ਗਿਨੀ, ਮੇਰੀ ਜ਼ਿੰਦਗੀ ਦੇ ਵਿੱਚ ਖੂਬਸੂਰਤ ਰੰਗ ਜੋੜਨ ਦੇ ਲਈ ਬਹੁਤ ਬਹੁਤ ਧੰਨਵਾਦ। ਗਿਨੀ ਨੇ ਵੀ ਪੋਸਟ 'ਤੇ ਰਿਪਲਾਈ ਕਰਕੇ ਕਪਿਲ ਦਾ ਧੰਨਵਾਦ ਕੀਤਾ। ਕਪਿਲ ਨੇ ਗਿਨੀ ਦੇ ਨਾਲ ਤਸਵੀਰਾਂ ਵੀ ਸਾਂਝੀ ਕੀਤੀਆਂ। ਦੋਵੇਂ ਦੁਬਈ ਦੇ ਵਿੱਚ ਬੁਰਜ ਖਲੀਫਾ ਦੇ ਸਾਹਮਣੇ ਨਜ਼ਰ ਆਏ। ਕਪਿਲ ਅਤੇ ਗਿਨੀ ਇੱਕ ਦੂਜੇ ਨੂੰ ਅੰਮ੍ਰਿਤਸਰ ਵਿੱਚ ਕਾਲਜ ਦਿਨਾਂ ਵਿੱਚ ਮਿਲੇ ਸੀ। ਦੋਹਾਂ ਨੇ 2018 ਦੇ ਵਿੱਚ ਵਿਆਹ ਕਰਾਇਆ ਸੀ ਅਤੇ ਇਹਨਾਂ ਦੇ 2 ਬੱਚੇ ਵੀ ਨੇ। ਆਪਣੇ ਸਮੇਂ ਦੀ ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ ਹੋ ਗਿਆ। ਦਲਜੀਤ ਕੌਰ ਨੇ 80 ਦੇ ਦਹਾਕੇ ਦੇ ਵਿੱਚ ਕਈ ਪੰਜਾਬੀ ਫਿਲਮਾਂ ਕੀਤੀਆਂ ਸਨ। ਸੋਸ਼ਲ ਮੀਡੀਆ 'ਤੇ ਕਈ ਪੰਜਾਬੀ ਸੈਲੀਬ੍ਰਿਟੀਜ਼ ਨੇ ਸ਼ੋਕ ਜ਼ਾਹਿਰ ਕੀਤਾ। ਇਸ ਵਿੱਚ ਗੁਰਦਾਸ ਮਾਨ, ਨੀਰੂ ਬਾਜਵਾ, ਹਰਜੀਤ ਹਰਮਨ ਅਤੇ ਕਰਮਜੀਤ ਅਨਮੋਲ ਵੀ ਸ਼ਾਮਲ ਹਨ। ਸੋ ਇਹ ਸੀ ਇਸ ਹਫ਼ਤੇ ਦਾ ਰੈਪ। ਹੁਣ ਮੈਨੂੰ ਦਿਓ ਇਜਾਜ਼ਤ। ਬਾਏ ਬਾਏ।